हां जी सासरी कल जी ਤੁਹਾਡੇ ਆਪਣੇ ਪਿਆਰੇ ਚੈਨਲ ਸਟੱਡੀ ਬਾਰ ਪ੍ਰਿਤਵੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜੂਏ ਆਪਣਾ ਗੱਲ ਕਰੀਏ ਜੋ ਬਰੂਜ਼ ਕਰ ਆਈਟੀ ਪਾਸ ਨੌਜਵਾਨ ਪੰਜਾਬ ਲੋਏ ਜੋ ਨੋਟਿਸ ਜੋ ਆਪਾਂ ਕਹਿ ਲਈਏ ਜੋ ਆਊਟ ਕੀਤਾ ਗਿਆ ਹੈ ਜੋ ਪੋਸਟਰ ਆਊਟ ਕੀਤਾ ਗਿਆ ਹੈ ਤਾਂ ਇਹਨਾਂ ਨੇ ਕੁਝ ਮੈਂਸ਼ਨ ਕੀਤਾ ਹੈ ਤੇ ਤੁਹਾਨੂੰ ਪਤਾ ਜੋ ਪਿੱਛੇ ਆਪਣਾ ਜੋ ਮੁੱਦਾ ਚੱਲ ਰਿਹਾ ਹੈ ਆਈਟੀਆਈ ਜੋ ਆਪਣੇ ਕੈਂਡੀਡੇਟ ਹੈਗੇ ਨੇ ਆਈਟੀ ਜਾਂ ਕਰ ਰਹੇ ਨੌਜਵਾਨ ਉਨ੍ਹਾਂ ਦੀ ਜੋ ਪੋਸਟ ਆਪਣੀ ਰਹੀ ਸੀ ਅਸਿਸਟੈਂਟ ਲਾਈਨ ਮੈਂ ਡੀਐਲਐਮ ਦੀ ਪੋਸਟਾਂ ਆ 1790 ਪੋਸਟਾਂ ਸੀ ਤੇ ਆਈਟੀ ਜਿਨ੍ਹਾਂ ਨੇ ਕੈਂਡੀਡੇਟ ਨੇ ਕੀਤੀ ਠੀਕ ਉਹਨਾਂ ਨੂੰ ਮੌਕਾ ਦੇਣਾ ਚਾਹੀਦਾ ਜੋਨ ਦੇ ਵਿੱਚ ਕੁਆਲਿਫਿਕੇਸ਼ਨ ਰੱਖੀਗੀ ਐਨਐਸਸੀ ਠੀਕ ਉਸ ਨੂੰ ਟਾਉਣ ਲਈ ਇਹ ਜੋ ਮੁੱਦਾ ਚੱਕਿਆ ਗਿਆ ਹੈ ਜੋ ਆਈਟੀ ਪਾਸ ਜਾਂ ਆਈਟੀ ਕਰ ਰਹਿ ਨੌਜਵਾਨ ਪਹੁੰਚੋ ਤਾਂ ਇਹਨਾਂ ਜੋ ਕਿ ਆਖਰੀ ਮੌਕਾ ਪਟਿਆਲਾ ਚੱਲੋ ਆਈਟੀ ਪਾਸ ਜਾਂ ਆਈਟੀ ਕਰ ਰਹਿ ਨੌਜਵਾਨ ਪਹੁੰਚੋ ਮਿਤੀ 25 7 2022 ਦੇ ਨਗਾ ਸੋਮਵਾਰ 25 ਜੁਲਾਈ ਸੋਮਵਾਰ ਠੀਕ ਹੈ ਪਟਿਆਲਾ ਬੱਸ ਸਟੈਂਡ ਤੇ ਸਵੇਰੇ 8 ਵਜੇ ਇਕੱਠੇ ਹੋ ਉਸ ਤੋਂ ਬਾਅਦ ਬਿਜਲੀ ਬੋਰਡ ਹੈੱਡ ਆਫ ਸੱਗੇ ਤਰਨਾ ਲਾਉਣਾ ਹੈ ਇਹ ਜੋ ਆਊਟ ਕੀਤਾ ਗਿਆ ਬਰੂਜ਼ ਕਰਾਈਟੀ ਪਾਸ ਨੋਜ਼ 1 ਬਲੋਂ ਆਊਟ ਕੀਤਾ ਗਿਆ ਠੀਕ ਹੈ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਸੀ ਜੋ ਮੈਨੂੰ ਵਟਸਐਪ ਗਰੁੱਪ ਵਿੱਚ ਆਇਆ ਤਾਂ ਮੈਂ ਸੋਚਿਆ ਕਿ ਕਿਉਂ ਨਾ ਇਹ ਸੁਪਰ ਵੀਡੀਓ ਬਣਾ ਦਿੱਤੀ ਜਾਵੇ ਤਾਂ ਜੋ ਇਹ ਜੋ ਸਾਰਿਆਂ ਤੱਕ ਪਹੁੰਚ ਜਾਵੇ ਜੋ ਆਈਟੀ ਪਾਸ ਆਈਟੀ ਕਰ ਰਹੇ ਨੋਜ਼ਮ ਠੀਕ ਹੈ ਤੁਹਾਨੂੰ ਤੱਕ ਇਹ ਜੋ ਇਨਫੋਰਮੇਸ਼ਨ ਪਹੁੰਚ ਜਾਵੇ ਤਾ ਜੋ ਉਥੇ ਬਾਦਰਬਦ ਇਕੱਠੇ ਹੋਣ ਠੀਕ ਹੈ ਜੋ ਆਪਣੇ ਪਟਿਆਲਾ ਹੈਗਾ ਬਸਟਾਨ ਸਵੇਰੇ 8 ਵਜੇ ਇਕੱਠੇ ਹੋਣਾ ਤੁਸੀਂ ਉਸ ਤੋਂ ਬਾਅਦ ਬਿਜਲੀ ਬੋਰਡ ਐਟਾਪਿਸ ਅੱਗੇ ਤਰਨਾ ਲਾਉਣਾ ਹੈ 1690 ਪੋਸਟਾਂ ਸੀ ਟੀਆਈਟੀ ਪਾਸ ਨੂੰ ਪੇਪਰ ਕਰਨ ਦਾ ਮੌਕਾ ਦਿੱਤਾ ਜਾਵੇ ਬਿਲਕੁਲ ਸਹੀ ਜੀ ਕਿਉਂਕਿ ਪੋਸਟ ਹੈਗੀ ਆਈਟੀ ਬੇਸ ਤੇ ਪੋਸਟ ਹੈ ਅਸਿਸਟੈਂਟ ਲਾਈਨਮੈਨ ਦੀ ਪੋਸਟ ਹੈ ਤੇ ਇਹਨਾਂ ਨੂੰ ਮੌਕਾ ਦੇਣਾ ਚਾਹੀਦਾ ਆਈਟੀ ਕੈਂਡੀਡੇਟ ਨੂੰ ਮੈਂ ਵੀ ਗੁਜਾਰਸ਼ ਕਰਦਾ ਸਰਕਾਰ ਅੱਗੇ ਕਿ ਆਈਟੀ ਨੂੰ ਜ਼ਰੂਰ ਮੌਕਾ ਦੇਣਾ ਜੋ ਵੀ ਕੈਂਡੀਡੇਟ ਨੇ ਆਈਟੀ ਕੀਤੀ ਠੀਕ ਉਸ ਨੂੰ ਜ਼ਰੂਰ ਮੌਕਾ ਦੇਣਾ ਚਾਹੀਦਾ ਹੈ ਕੁਕ ਪੋਸਟੀ ਆਈਟੀ ਡੀਟੀ ਕਾ ਅਸਿਸਟੈਂਟ ਲਾਈਨਮਨ ਦੀ ਪੋਸਟ ਤੇ ਸਵਿਚ ਜੋ ਕੁਆਲਿਫਿਕੇਸ਼ਨ ਹੋਣੀ ਚਾਹੀਦੀ ਹੈ 10th ਪਲੱਸ ਆਈਟੀ ਹੋਣੀ ਚਾਹੀਦੀ ਹੈ ਥੱਲੇ ਨਾ ਮੋਬਾਈਲ ਨੰਬਰ ਦਿੱਤਾ ਹੈ ਪੰਜਾਬ ਪ੍ਰਧਾਨ ਗੁਰਜੀਤ ਜੀ ਮੋਬਾਈਲ ਨੰਬਰ ਠੀਕ ਹੈ ਪ੍ਰਧਾਨ ਗੁਰਜੀਤ ਜੀ ਦਾ ਮੋਬਾਈਲ ਨੰਬਰ ਹੈ 9839411025 ਠੀਕ ਹੈ ਤੇ ਇਹਨਾਂ ਨੇ ਮੋਬਾਈਲ ਨੰਬਰ ਵੀ ਮੈਂਸ਼ਨ ਕੀਤਾ ਹੋਇਆ ਹੈ ਤੇ ਤੁਸੀਂ ਕਾਲ ਵੀ ਕਰ ਸਕਦੇ ਇਹਨਾਂ ਨੂੰ ਤਾਂ ਇਹ ਜਾਣਕਾਰੀ ਸੀ ਇੰਪੋਰਟੈਂਟ ਜਾਣਕਾਰੀ ਸੀ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਇਸ ਵੀਡੀਓ ਬਦਲ ਕੇ ਹੈਲਪਫ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਧੰਨਵਾਦ